देखो गाइस बिल्ली ने कितने छत्ता बनाया हुआ आपके बच्चे लिए कर दी अगे इतने बहुत खेडते पे खेलता बहुत कैमरा। चलो हाय गाइस गुड मॉर्निंग वेलकम बैक टू न्यू व्लॉग ते आज छोटे छोटे बलूंगड़े आई जे अब देखो गाइस बिल्ली आई देखो आपके बलूंगड़े लैके आ मां वा उन्हां दी ते बलूंगड़ा वे एक तो थल्ले डिग गया ही कित्थे गया बड़े सोहने छोटे छोटे आ वेगा एक हाए किड्डा सोहना ओ ਆ ਦੇਖੋ ਚੜਦਾ ਮੰਮੀ ਰੋਸਕੋ ਨੂੰ ਹੋਰ ਕਿਤੇ ਬੰਨਦੇ ਓ ਕਿੱਡਾ ਸੋਹਣਾ ਲੱਗਦਾ ਦੇਖੋ ਮਾਨੂ ਆ ਕਿੰਨੇ ਸੋਹਣੇ ਲੱਗਦੇ ਦੇਖੋ ਰੱਜੀ ਹੁਣੀ ਸ਼ਹਿਰ ਗਏ ਹੋਏ ਆ ਇਹ ਆ ਗਏ ਉਧਰੋਂ ਅੱਗੇ ਥੱਲੇ ਡਿੱਗ ਪਿਆ ਮੰਮੀ ਤੂੰ ਹੱਥ ਲਾਇਆ ਸੀ ਨਾ ਮੰਮੀ ਨੇ ਹੱਥ ਵੀ ਲਾਇਆ ਇੱਕ ਨੂੰ ਕੁਛ ਨਹੀਂ ਕਹਿੰਦੇ एक आ सब तो सोहना देखो वे किद्दा विच लुकिया होया किन्ने सोहने लगते देखो निके निके इन्हां दी मां ओ वे दुध पीण आई ते बुलाउंदी पई उहनूं आपां ना रोसको नूं अंदर बन्न दिंदे आ तां कि ओह आ जावे ओ देखो ए ना ओन नहीं दिंदा मम्मी अंदर बंद के इहनूं पई जांदा पई एवें फालतू आ जा मानू मैनूं दुध पाया देखो ओहदी रोसको ही तंग बड़ा करदा वा शायद हुण बुलाऊगी उन्हां नूं आए सी मम्मी ने हाथ लाया एक नूं आए मैं पहला नहीं बाहर आया तिन्ने ओ देखो कित्थे बैठा वेखो वेंदा ओ वेंदा पिया सोहणे बहुत निके निके लगदे आ वड्डे होंदे चल मगरमच्छ जिही बन जांदे गाइस तड़के तड़के आण के एड्डे सोहणे लगदे ना रुखां दे विच छुपे होए आ देखो इत्थे आलणा वी टंगिया सीगा ते ओह पर चिड़गां नहीं ओहदे च आईआं सी ते फिर असीं लाता ओ वेखो ਉਹ ਵੇਖੋ 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 ਉਹਨੂੰ ਆ ਫਿਰ ਨਾ ਮੰਮੀ ਫੜ ਲਵੇ ਮੰਮੀ ਨੇ ਉਹ ਭੂਰੇ ਜਿਹੇ ਨੂੰ ਇੱਕ ਅੜ ਗਿਆ ਸੀਗਾ ਟਾਹਣੀ 'ਚ ਅਤੇ ਮੰਮੀ ਨੇ ਕੱਢਿਆ ਉਹਨੂੰ ਬਾਹਰ ਇਹਨਾਂ 'ਚ ਫਸ ਜਾਂਦੇ ਆ ਨਾ ਨਿੱਕੀਆਂ ਨਿੱਕੀਆਂ ਟਾਹਣੀਆਂ 'ਚ ਉਹ ਕਹਿੰਦਾ ਹੋਣਾ ਛੇਤੀ ਜਾ ਗਾ ਮੈਨੂੰ ਫੜ ਨਾ ਲਵੇ ਉਹਨਾਂ ਹੁਣੀ ਆਪਾਂ ਜਾਣਾ ਉਹ ਬੁਲਾਉਂਦੀ ਪਈ ਦੇਖੋ ਉਹਨੂੰ ਕੁੱਤੇ ਦਾ ਕਰਕੇ ਵਿਚਾਰੇ ਡਰਦੇ ਆ ਉਹ ਇੱਕ ਉੱਪਰ ਵੇਖੋ ਕਿੱਥੇ ਥੰਮ 'ਤੇ ਚੜਿਆ ਹੋਇਆ ਦੂਜਾ ਵੀ ਨਾਲ ਆ ਗਿਆ ये आना चाहते हूँ वो माँ बुला डई ना माऊ माऊ करके भी आओ छेती कुछ नहीं कहें उन्होंने मैं दुध पाया तो बुला पई भी आ जाओ तुम भी पी लो उन्होंने देखो माँ बुला पई ओ माँ उन्होंने थले आ देखो है ना ओ बैठी ओले वे तो वह उत्ते आ भी कि थले उतर गए ਦੇਆ ਕਿੰਨਾ ਕੁ ਚਿਰ ਇਹਨਾਂ ਦਾ ਸਟਰਗਲ ਚੱਲਦਾ ਇਹ ਕਹਿੰਦੇ ਆ ਸੱਤ ਘਰ ਫੇਰਦੀਆਂ ਹੁੰਦੀਆਂ ਅਤੇ ਪਹਿਲਾਂ ਤਾਂ ਇੱਥੇ ਰਹਿੰਦੀਆਂ ਕੋਠੇ 'ਤੇ ਹੁਣ ਸ਼ਾਇਦ ਇਹਨਾਂ ਨੇ ਨਾ ਉੱਤਰ ਕੇ ਜਾਣਾ ਵਾ ਕਿਸੇ ਘਰ ਸ਼ਾਇਦ ਆਪਣੇ ਘਰ ਆਪਣੇ ਘਰ ਇੱਥੇ ਤਾਂ ਰੁਕਣਾ ਨਹੀਂ ਆ ਕਿਉਂਕਿ ਕੁੱਤਾ ਰੋਸਕੋ ਬਹੁਤ ਪੈਂਦਾ ਉਹ ਲੋਲੇ ਜੇ ਆਏ ਹੀ ਨਹੀਂ ਤਾਂ ਕਰਕੇ ਉਹ ਨਾਲ ਫਿਰ ਉੱਧਰ ਹੀ ਲੈ ਚੱਲੀ ਲੈ ਮਗਰ 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 ਵੈਸੇ ਲਿਆਉਣਾ ਉਹਨੇ ਇੱਧਰ ਸੀਗਾ ਪਰ ਉਹ ਬਾਅਦ 'ਚੋਂ ਆਏ ਹੀ ਨਹੀਂ ਡਰਦੇ ਪਤਾ ਨਹੀਂ ਕਿਉਂ ਰੋਸਕੋ ਤੋਂ ਡਰਦੇ ਤੇ ਬਾਅਦ 'ਚੋਂ ਉੱਤੇ ਹੀ ਚੜ ਗਈ ਤੇ ਪਰੇ ਹੀ ਲੈ ਗਈ ਹੋ ਗਾਇਸ ਇੱਥੇ ਸਬਜ਼ੀ ਬਣੀ ਹੋਈ ਆ ਆਲੂਆਂ ਦੀ ਰਾਤ ਖਾਧੀ ਬੜੀ ਸਵਾਦ ਲੱਗੀ ਸੀ ਤੇ ਹੁਣ ਮੰਮੀ ਹੁਣੀ ਰੋਟੀਆਂ ਪਕਾਉਣ ਲੱਗੇ ਆ ਤੇ ਲਾਪ੍ਰੀਤ ਤੁਹਾਨੂੰ ਮੈਂ ਦੱਸਿਆ ਸ਼ਹਿਰ ਗਏ ਹੋਏ ਆ ਲਾਪ੍ਰੀਤ ਹੁਣੀ ਤਰੱਜੀ ਹੁਣ ਥੋੜ੍ਹੇ ਚਿਰ ਨੂੰ ਜਾਣਾ ਵਾ ਜਿੰਮ ਤੇ ਥੋੜ੍ਹਾ ਜਿਹੀ ਕਲਿੱਪ ਮੈਂ ਜਿੰਮ ਦੀ ਜ਼ਰੂਰ ਲਊਂਗਾ ਅੱਜ ਜਾਂਦੇ ਹੀ ਸਟਾਰਟ ਕਰ ਦੇਣੀ ਗਾਇਸ ਜਿੱਦਣ ਵਲੌਗ ਸਟਾਰਟ ਹੋ ਗਿਆ ਨਾ ਮੇਰਾ ਉੱਧਰ ਬਣ ਕੇ ਪੈ ਵੀ ਅਪਲੋਡ ਵੀ ਹੋ ਜਾਂਦਾ ਤੇ ਜਿੱਦਣ ਨਹੀਂ ਬਣਿਆ ਨਾ ਫਿਰ ਉੱਧਰ ਪੈਂਦਾ ਵੀ ਨਹੀਂ ਤੇ ਹੁਣ ਸਟਾਰਟ ਬਿੱਲੀਆਂ ਦੀ ਵਜ੍ਹਾ ਦਾ ਕਰਕੇ ਹੋ ਗਿਆ ਛੋਟੀਆਂ ਛੋਟੀਆਂ ਮੈਂ ਕਿਹਾ ਰਿਕਾਰਡ ਕਰ ਲਈਏ ਫਿਰ ਉਹਦਾ ਕਰਕੇ ਵਲੌਗ ਸਟਾਰਟ ਹੋ ਗਿਆ ਤਾਂ ਅੱਜ ਹੁਣ ਬਣ ਵੀ ਜਾਣਾ ਤੇ ਜੋ ਨਹੀਂ ਸਟਾਰਟ ਕਰਦਾ ਫਿਰ ਬਣਾਈਦਾ ਹੀ ਨਹੀਂ ਤੇੜਾ ਮਾਰ ਕੇ ਲਿਆ ਉਹਨਾਂ ਦਾ ਉਹਦੇ ਨਹੀਂ ਹੂੰ ਐ ਕਰਕੇ ਮਾਰ ਕੇ ਲਿਆ ਆਹੋ ਚਪੇੜਾ ਮਾਰ ਕੇ ਲਿਆ ਜੇ ਨਹੀਂ ਆਉਂਦੇ ਤਾਂ ਉਹ ਹੋਣੀ ਨਹੀਂ ਦੇ ਉਹ ਉੱਪਰ ਬੈਠੇ ਹੋਏ ਹੋ ਤੇ ਹੁਣ ਆਪਾਂ ਪੀ ਲਈਏ ਪਹਿਲਾਂ ਪ੍ਰੋਟੀਨ ਪ੍ਰੋਟੀਨ ਪੀ ਕੇ ਬਾਅਦ ਜਾਣਾ ਵਾ ਡੈਡੀ ਉਹਨਾਂ ਨੂੰ ਚਾਹ ਦੇਣ ਪੁੱਲ ਤੇ ਤੇ ਕੰਪਿਊਟਰ ਕਿਰਾਇਆ ਲੱਗਾ ਹੋਇਆ ਨਾ ਉੱਥੇ ਫਿਰ ਆਪਾਂ ਜਾਂਦੇ ਚਾਹ ਦੇਣ ਉਹ ਵੀ ਆ ਗਿਆ ਸੀ ਮੰਮੀ ਉਹ ਲੈ ਉਹ ਆਉਂਦਾ ਨਹੀਂ ਪਿਆ ਉਹਨੂੰ ਮੂੰਹ 'ਚ ਪਾ ਲਿਆ ਉਹਨੂੰ ਮੋਂਦਾ ਨਹੀਂ ਪਿਆ ਸੀ ਉਹਨੂੰ ਮੂੰਹ 'ਚ ਪਾ ਕੇ ਲੈ ਚੱਲੀ ਮੰਮੀ ਉਹ Mm-hmm.
ਇੱਕ ਤਾਂ ਲੈ ਗਈ ਹੈ ਚਲੋ ਬਈ ਡੈਡੀ ਹੁਣ ਚਾਹ ਦੇਣ ਜਾਣੀ ਇੱਧਰ ਹੋਰ ਲੇਟ ਕਰੀ ਜਾਂਦੇ ਹੁਣ ਮੰਮੀ ਹੁਣੀ ਟੱਕਰੀ ਪਸਾ ਲਿਆ ਮੰਮੀ ਜਿਹੜਾ ਉੱਤਲਾ ਮੇਚਾ ਸੀ ਉਹੀ ਦੇਣਾ ਸੀ ਕਿ ਉਹ ਲੱਭਾ ਹੀ ਨਹੀਂ ਪਤਾ ਕਿੱਥੇ ਸੀ ਛੋਟਾ ਦੇ ਤਾਂ ਦਿੰਦਾ ਹੀ ਹੋਣਾ ਹੁਣ ਇਹਦੇ ਚ ਪਾਉਣੀ ਪਈ ਐਂ ਕਰ ਮੰਮੀ ਮੂਧਾ ਮਾਰ ਕੇ ਮਾਰੀ ਪੁੱਠਾ ਥੱਲੇ ਨਿਕਲ ਜਾਣਾ ਗਾਇਸ ਸਾਡੇ ਘਰੇ ਤਾਂ ਹਰ ਇੱਕ ਜਾਨਵਰ ਰਹਿੰਦਾ ਦੇਖੋ ਇੱਧਰ ਇਹਨੂੰ ਪਤਾ ਵਾ ਕਿ ਮੈਂ ਵੇਖੋ ਇੱਥੇ ਆਣ ਕੇ ਹੀ ਸੌਂਗੀ ਟਰੈਕਟਰ ਦੇ ਥੱਲੇ ਤੇ ਉੱਧਰ ਬਲੂੰਗੜੇ ਵੀ ਰਹਿੰਦੇ ਆ ਬਿੱਲੀਆਂ ਵੀ ਰਹਿੰਦੀਆਂ ਤਾਂ ਜੇ ਪੰਛੀ ਆਵੇ ਤਾਂ ਪੰਛੀ ਵਾਹਵਾ ਰੁੱਖ 'ਤੇ ਰਹਿੰਦੇ ਆ ਮੈਨੂੰ ਜਾਣਾ ਪੈਣਾ ਵਾ ਜ਼ਰੂਰੀ ਭਾਬੀ ਉਹਨਾਂ ਨੂੰ ਲੈ ਕੇ ਉੱਥੇ ਸਕੂਲੇ ਫੀਸ ਫੂਸ ਤਾਰਨੀ ਮੈਂ ਕਿਹਾ ਚਲੋ ਚੱਲਦੇ ਹਾਂ ਆਪਾਂ ਫਿਰ ਚਲੋ ਗਾਇਸ ਅਸੀਂ ਨਾ ਹੁਣ ਸਕੂਲੇ ਆਏ ਹਾਂ ਫੀਸ ਤਾਰਨ ਕੂਵਰ ਦੀ ਭਾਬੀ ਵੀ ਮੇਰੇ ਨਾਲ ਅਤੇ ਫੀਲ ਵੱਖਰੀ ਜਿਹੀ ਆਈ ਸਕੂਲ ਯਾਦ ਆ ਗਿਆ ਦੇਖੋ ਕਮਰੇ ਕਿੰਨੇ ਚੱਲ ਬਾਹਰ ਇੱਧਰ ਕੀ ਆ ਹਾਂ ਵੇਖੋ ਕਿੰਨਾ ਖੁਸ਼ ਇਹਦੀ ਅੱਧੀ ਛੁੱਟੀ ਹੋ ਗਈ ਸਾਰੀ ਹੈਂ ਮੈਂ ਦੱਸਣ ਚੱਲਿਆ ਮੈਂ ਕਹਿਣਾ ਬਹੁਤ ਟਿਕਦਾ ਨਹੀਂ ਇਹ ਦੱਸਾਂ ਨਹੀਂ ਨਾ ਦੱਸਾਂ ਵੈਸੇ ਦੇਖੋ ਖਾਲੀ ਸਾਰੇ ਬੱਚੇ ਅੰਦਰ ਆ ਤਾਂ ਅੱਧੀ ਛੁੱਟੀ ਇਹਨੂੰ ਮਿਲ ਗਈ ਦੇਖੋ ਇੱਕ ਹਿਸਾਬ ਨਾਲ ਤਾਂ ਖੁਸ਼ ਦੇਖੋ ਕਿੰਨਾ ਵੀ ਮੈਂ ਘਰੇ ਜਾਊਂ ਬਾਕੀ ਅੰਦਰ ਆ ਚੱਲ ਬਹਿ ਚੱਲੀਏ ਚਲੋ ਬਈ ਇੱਥੇ ਅਸੀਂ ਹੁਣ ਪੀਣ ਲੱਗੇ ਹਾਂ ਛੇਕ ਪਪੀਤਾ ਛੇਕ ਪੀਣ ਲੱਗੇ ਇਹਨੂੰ ਵੀ ਪਿਉਣ ਲੱਗਾ ਮੈਂ ਪਿਆਦਾ ਫਿਰ ਰਹਿਣ ਦਾ ਚੱਲ ਪੀ ਲੈ ਤੂੰ ਡੋਲਣ ਆਇਆ ਕਿ ਖਾ ਏਦਾਂ ਖਾ ਵੇ ਤਰੀਕਾ ਵੇਖੋ ਖਾਣ ਦਾ ਗੈਸ ਬਾਈ ਬੜਾ ਘੈਂਟ ਬਣਾਉਣ ਡਿਆ ਇਹਦੇ 'ਚ ਨਾ ਗੁਲਾਬ ਦਾ ਵੀ ਛੇ ਸਵਾਦ ਹੁੰਦਾ ਗੁਲਾਬ ਦੇ ਫੁੱਲ ਦਾ ਵੇਖੋ ਇੱਧਰ ਲਿਆ ਲੈ ਹੀ ਆਉਂਦਾ ਅੱਧੀ ਛੁੱਟੀ ਕਰਾ ਕੇ ਕਦੀ ਮੋਮੋਸ ਖਾਣੇ ਤੇ ਕਦੀ ਜੂਸ ਪੀਣਾ ਕਦੀ ਸ਼ੇਕ ਪੀਣਾ ਰੱਖ ਲਾ ਸੌਸ ਤੇ ਲੈ ਲਾ ਚੱਲ ਦੱਸ ਦੇ ਤੁਹਾਨੂੰ ਟੇਸਟ ਜੇ ਸਵਾਦ ਹੋਏ ਤੁਹਾਨੂੰ ਦੱਸਾਂਗੇ ਖਾ ਮਿੱਚੀ ਬਹੁਤ ਆ ਗੱਲ ਮੈਂ ਵੈਸੇ ਕਦੀ ਖਾਧੇ ਨਹੀਂ ਬਹੁਤ ਘੱਟ ਇੱਕ ਵਾਰੀ ਖਾਧੇ ਸੀ ਤੁਹਾਨੂੰ ਪਤਾ ਵੀਡੀਓ 'ਚ ਅਤੇ ਇੱਕ ਵਾਰੀ ਘਰੇ ਬਣਾਏ ਪਰ ਉਹ ਵਧੀਆ ਨਹੀਂ ਬਣੇ ਆਹ ਘੈਂਟ ਆ ਭਾਬੀ ਖਾ ਕੇ ਤਾਂ ਵੇਖੋ ਟੇਸਟ ਹੀ ਬੜਾ ਆਉਂਦਾ ਹੁਣ ਕਿੱਦਾਂ ਦੇ ਆ ਸਵਾਦ ਬੱਦਲ ਵੇਖੋ ਕਿੰਨਾ ਯਾਰ ਆ ਗਾਇਸ ਇਦਾਂ ਹੁੰਦਾ ਜਦੋਂ ਆਪਾਂ ਜਹਾਜ਼ 'ਚ ਬਹਿ ਜਾਈਏ ਵਾਕਈ ਐਂਡ ਹੀ ਸੀ ਹੁੰਦਾ ਤੂੰ ਹੀ ਕਰੀ ਜਾ ਨਾ ਇਹ ਵਿਚਾਰਾ ਕੱਪੜੇ ਲਾਈ ਆਉਂਦਾ ਆਪਦੇ ਆਹ ਦੇਖੋ ਸਵੇਰ ਦੀ ਆਈ ਹੋਈ ਤੇ ਹੁਣ ਉਹ ਤੇ ਇੱਕ ਆਪਦੇ ਬੱਚੇ ਨਾਲ ਸੁੱਤੀ ਆ ਇਹਦੇ ਨਾਲ ਇਹਦੇ ਬੱਚਾ ਵੀ ਆ ਇੱਥੋਂ ਤਾਂ ਮੈਂ ਜਾ ਵੀ ਨਹੀਂ ਸਕਦਾ ਉੱਥੇ ਤੇ ਮੈਂ ਬੱਚਾ ਵਿਖਾਵਾਂ ਉਹ ਵੇ ਕੰਨ ਦੇਖ ਲਓ ਉਹਦੇ ਜੇ ਧਿਆਨ ਨਾਲ ਦੇਖਦੇ ਇੱਥੋਂ ਚਲੋ ਗਾਇਸ ਹੁਣ ਤੁਹਾਨੂੰ ਇਹਨਾਂ ਨੂੰ ਸ਼ੇਅਰ ਕਰਦੇ ਹਾਂ ਆਪਾਂ ਨਵੀਂ ਰੈਸਪੀ ਜਿਹੜੀ ਕਿ ਤੁਸੀਂ ਵੇਖੀ ਨਹੀਂ ਹੋਣੀ ਕਿ ਵੇਖੀ ਹੋਊਗੀ ਬਾਕੀ ਸ਼ਾਇਦ ਵੇਖੀ ਹੋਵੇ ਪਰ ਜ਼ਿਆਦਾਤਰ ਨਹੀਂ ਪਤਾ ਹੋਣਾ ਅਤੇ ਆਪਾਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਅਤੇ ਇੱਧਰ ਮੰਮੀ ਹੋਣੀ ਕੱਢਣ ਡੈ ਮਟਰ ਇੱਧਰ ਚੱਲ ਸਬਜ਼ੀ ਬਣਨੀ ਆ ਇਹ ਉਹ ਇਹ ਰੈਸਪੀ 'ਚ ਨਹੀਂ ਆ ਰੈਸਪੀ ਆਹ ਵਾ ਚਲੋ ਬਈ ਸਭ ਤੋਂ ਪਹਿਲਾਂ ਆਪਾਂ ਖੀਰਾ ਕੱਟ ਲਈਏ ਟਮਾਟਰ ਕੱਟ ਲਿਆ ਖੀਰੇ ਕੱਟ ਲਿਆ ਤੇ ਹੁਣ ਜਿਹੜੀ ਐਪਲ ਸੌਸ ਆ ਆ ਐਪਲ ਸੌਸ ਆ ਇਹ ਕੀ ਕਾਹਦੇ ਚ ਗ੍ਰੈਂਡ ਕਰਕੇ ਲਿਆਈ ਨਾ ਇਹ ਕੀਤੀ ਆ ਗ੍ਰੈਂਡ ਨਹੀਂ ਕੀਤੀ ਹਾਂ ਇਹ ਕੀ ਨਾ ਹੁੰਦਾ ਵਾ ਉਹਦੇ ਚ ਕੁੱਕਰ ਵਿੱਚ ਸਿਰਫ ਇੱਕ ਸੀਟੀ ਮਰਾਈ ਆ ਜਿਵੇਂ ਮਾਰੀ ਜਿਵੇਂ ਨਾ ਅੱਧਾ ਗਲਾਸ ਪਾਣੀ ਦਾ ਸੇਬ ਤੇ ਸੀਟੀ ਅੱਛਾ ਸੇਬ ਵਿੱਚ ਪਾਤਾ ਪਾਣੀ ਤੇ ਬਾਲ ਲਿਆ ਛਿੱਲ ਲਾ ਕੇ ਅੱਛਾ ਛਿੱਲ ਲਾ ਕੇ ਬਾਲਤਾ ਇੱਕ ਸੀਟੀ ਮਰਵਾਈ ਬਸ ਬਾਅਦ ਚ ਘੋਟਿਆ ਕਾਹਦੇ ਨਾਲ ਇਹ ਹੁੰਦੀਆਂ ਨੀ ਕੀ ਨਾ ਵਾ ਜਿਵੇਂ ਦੂਸਰੀਆਂ ਹੁੰਦੀਆਂ ਜਿੰਨਾ ਆਪਾਂ ਸਾਗ ਵੀ ਢੋ ਘੋਟਦੇ ਨੇ ਮਸ਼ੀਨ ਜੀ ਅੱਛਾ ਅੱਛਾ ਸਵਾਦ ਦੱਸਣਾ ਠੀਕ ਆ ਚਲੋ ਕਿੰਨੀ ਘੈਂਟ ਚੀਜ਼ ਵੈ ਵੱਖਰੀ ਚੀਜ਼ ਆ ਹਾਂ ਇਹ ਤੇ ਵਧੀਆ ਚੀਜ਼ ਆ ਖਾਣ ਨੂੰ ਵਧੀਆ ਚੱਲ ਮੈਂ ਖਾ ਕੇ ਟੇਸਟ ਦੱਸਦਾ ਹਾਏ ਨਾ ਵੀਰੇ ਉਹਨੂੰ ਨਾ ਰਿਵਿਊ ਦੇ ਲੈਂਦੇ ਵਧੀਆ ਠੀਕ ਆ ਟੇਸਟ ਚਲੋ ਮੈਂ ਬੈਸਟ ਵੀ ਨਹੀਂ ਕਹਿੰਦਾ 60-70% ਵਧੀਆ ਕੀ ਪਤਾ ਕੀ ਆ ਇਹਦੇ ਵਿੱਚ ਆਪਣਾ ਆਹ ਜਿਹੜਾ ਸੇਬ ਵਾਲਾ ਜੋ ਵੀ ਇਹਨੇ ਸੌਸ ਬਣਾਈ ਆ ਸੇਬ ਨੂੰ ਬਾਲ ਕੇ ਅਤੇ ਇਹਨੂੰ ਆਪਣਾ ਠੰਡੀ ਕਰ ਲਈਏ
फिर टेस्ट दसदा मैं फिर पाने पट ब्रैड च फिर पाने गाइज़ आ जरा ना हूँ इन ठंडा कर लगे तो ठंडा करके देखा भी सवाद लगता कि नहीं क्योंकि गर्म चीज वधिया लगती होंगी बिच पाई दिखा हाँ वेखो दोवें किदां सुते ने कुछ मैं पता की सोचा इन्हों का भी रात को रोस्को ना चढ़े और उत्थे आपां ना बंद कर देना भी तां ना जा सके उन्हां को हाँ हुण ठंडा हो गया सेब का जिहड़ा भी क्रश किया वा पीसिया वा ते हुण मैं ना ला के वेख दिया भी स्वाद कि नहीं टमाटर टमूटर पाउणे आ दसदा फिर मैं हैलो चलो गाइस हुण तुहानूं टेस्ट दसदा इहदे च हाँ हुण ते इदां वा जिवें जैम लाई हुंदी रज्जी ठंडा करके बनदी इह चीज ਜਿਵੇਂ ਡਾਇਟ ਖਾਣੀ ਹੋਵੇ ਨਾ ਤੁਸੀਂ ਬਰਾਊਨ ਬ੍ਰੈਡ ਲਾ ਕੇ ਵਿੱਚ ਖੀਰੇ ਟਮਾਟਰ ਪਾ ਕੇ ਆਹ ਸੇਬ ਦਾ ਵੀ ਲਾ ਸਕਦੇ ਹਾਂ ਸੇਬ ਨੂੰ ਗਰਮ ਕਰਕੇ ਬਾਲ ਕੇ ਉਹਨੂੰ ਪੀਸ ਕੇ ਤਾਂ ਖਾਓ ਘਾਟ ਬਣ ਜਾਂਦੀ ਹੈ ਵੀ ਚੀਜ਼ ਪੂਰਾ ਦਿਨ ਤਾਂ ਧੁੱਪ ਨਹੀਂ ਆਈ ਹੁਣ ਮੜੀ ਜਿਹੀ ਧੁੱਪ ਚਮਕ ਜਿਹੀ ਮਾਰਦੀ ਪਈ ਆ ਅਤੇ ਉਹ ਤਾਂ ਮੈਂ ਸੋਚਿਆ ਵੀ ਬਿੱਲੀ ਉੱਤੇ ਸੁੱਤੀ ਹੋਈ ਆ ਮੈਂ ਕਿਹਾ ਉੱਥੇ ਲਾ ਦੂੰਗਾ ਹੁਣ ਮੈਂ ਉਹ ਲਾਉਣ ਲੱਗਾ ਸੀ ਅਤੇ ਮੈਂ ਕਿਹਾ ਚੱਲ ਵਲੋਗ ਦਾ ਐਂਡ ਕਰ ਦਿੰਦੇ ਆਪਾਂ ਉਹਨਾਂ 'ਚ ਜੇ ਵਧੀਆ ਲੱਗਾ ਵਲੋਗ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਬਾਏ